ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਿੱਖ ਟੀਵੀ। ਮੈਂ ਕਰਨਵੀਰ ਸਿੰਘ। ਸ਼ੁਰੂਆਤ ਕਰਦੇ ਹਾਂ ਦੇਸ਼ ਵਿਦੇਸ਼ ਨਾਲ ਜੁੜੀਆਂ ਹੁਣ ਤੱਕ ਦੀਆਂ ਖਾਸ ਖਬਰਾਂ ਦੇ ਨਾਲ। ਇਤਿਹਾਸ ਦੀ ਕਿਤਾਬ ਵਿਚਲੀਆਂ ਗਲਤੀਆਂ ਲਈ ਪੰਜਾਬ ਸਰਕਾਰ ਨੇ ਮੰਗੀ ਮੁਆਫ਼ੀ। ਪੁਲਿਸ ਕੇਸ ਮਗਰੋਂ 20 ਸਕੈਂਡਲ ਵਿੱਚ ਸ਼ਾਮਲ ਡੀਲਰ ਹੋਏ ਫਰਾਰ। ਅਚਨਚੇਤ ਛਾਪੇਮਾਰੀ ਰਹੇਗੀ ਜਾਰੀ। ਪੰਜਾਬ ਸਿੱਖਿਆ ਮੰਤਰੀ ਨੇ ਕਿਹਾ, ਸਿੱਖਿਆ ਵਿਭਾਗ ਵਿੱਚ ਕੇਵਲ ਸਿੱਧੇ ਢੰਗ ਨਾਲ ਹੋਣਗੀਆਂ ਬਦਲੀਆਂ। ਕਰਜ਼ਾ ਰਾਹਤ ਸਕੀਮ ਦੇ ਦੂਜੇ ਪੜਾਅ ਤਹਿਤ 6,000 ਕਿਸਾਨਾਂ ਦਾ 22 ਕਰੋੜ ਦਾ ਕਰਜ਼ਾ ਕੀਤਾ ਗਿਆ ਮੁਆਫ਼। ਦਿਆਲ ਸਿੰਘ ਕਾਲਜ ਦੇ ਚੇਅਰਮੈਨ ਨੇ ਕਿਹਾ, ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਦੇ ਮਾਮਲੇ ਵਿੱਚ ਦਖਲ ਨਹੀਂ ਦੇ ਸਕਦੀ ਸਰਕਾਰ ਅਤੇ ਅਦਾਲਤ। ਕੇਂਦਰ ਸਰਕਾਰ ਨੇ ਪੰਜਾਬ ਦੀਆਂ 7 ਜੇਲ੍ਹਾਂ ਦੀ ਰਾਖੀ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਨੂੰ ਸੌਂਪੀ। CISF ਦੀ ਤਾਇਨਾਤੀ ਦਾ ਖਰਚਾ ਪੰਜਾਬ ਸਰਕਾਰ ਨੂੰ ਪਵੇਗਾ ਚੁੱਕਣਾ। ਸ਼ਾਹਕੋਟ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਹਰਦੇਵ ਸਿੰਘ ਲਾਡੀ ਨੂੰ ਐਲਾਨਿਆ ਆਪਣਾ ਉਮੀਦਵਾਰ। ਦਿੱਲੀ ਹਾਈਕੋਰਟ ਅਦਾਲਤ ਨੇ ਸਿੱਖ ਵਿਦਿਆਰਥੀਆਂ ਨੂੰ NEET ਦੀ ਪ੍ਰੀਖਿਆ ਵਿੱਚ ਕਕਾਰ ਪਾ ਕੇ ਜਾਣ ਦੀ ਦਿੱਤੀ ਮਨਜ਼ੂਰੀ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੱਖਾ ਸਿਧਾਣਾ ਨੂੰ ਕੀਤਾ ਚੈਲੰਜ। ਕਿਹਾ, ਲੱਖਾ ਸਿਧਾਣਾ ਮੇਰੇ ਕੋਲ ਆ ਕੇ ਉਹਨਾਂ ਅਫਸਰਾਂ ਦੇ ਨਾਂ ਦੱਸੇ ਜੋ ਜੇਲ੍ਹ ਵਿੱਚ ਕਰ ਰਹੇ ਨੇ ਨਸ਼ੇ ਦਾ ਵਪਾਰ। UP ਅਤੇ ਰਾਜਸਥਾਨ ਵਿੱਚ ਆਏ ਝੱਖੜ ਦੌਰਾਨ 109 ਲੋਕਾਂ ਦੀ ਹੋਈ ਮੌਤ, 200 ਤੋਂ ਵੱਧ ਹੋਏ ਜ਼ਖਮੀ। ਮੌਸਮ ਵਿਭਾਗ ਨੇ 48 ਘੰਟੇ ਤੱਕ ਇਸੇ ਤਰ੍ਹਾਂ ਝੱਖੜ ਆਉਣ ਦੀ ਦਿੱਤੀ ਚੇਤਾਵਨੀ। ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਸਰਕਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੀ ਇਤਿਹਾਸ ਦੀ ਕਿਤਾਬ ਵਿੱਚ ਹੋਈਆਂ ਗਲਤੀਆਂ ਦੀ ਮੁਆਫ਼ੀ ਮੰਗ ਲਈ ਹੈ ਅਤੇ ਇਸ ਦੇ ਨਾਲ ਹੀ ਇਸ ਦੀ ਸੁਧਾਈ ਦਾ ਫੈਸਲਾ ਵੀ ਕੀਤਾ ਹੈ। ਸਰਕਾਰ ਨੇ ਇਸ ਤੋਂ ਇਲਾਵਾ ਸਕੂਲਾਂ ਵਿੱਚ ਗਾਈਡ ਬੁੱਕ ਉੱਤੇ ਪਾਬੰਦੀ ਲਾਉਣ ਅਤੇ ਸਾਬਕਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਵੇਲੇ ਪੁਸਤਕ ਸਕੈਂਡਲ ਦੀ ਮੁੜ ਜਾਂਚ ਕਰਾਉਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ OP ਸੋਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਾਹਿਤਕਾਰਾਂ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਭਵਨ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਕਿਤਾਬਾਂ ਵਿੱਚੋਂ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਕੱਢਣ ਦੇ ਮੁੱਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦਕਿ ਕਿਤਾਬਾਂ ਵਿੱਚੋਂ ਸਿੱਖ ਅਤੇ ਪੰਜਾਬ ਦੇ ਇਤਿਹਾਸ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਅਤੇ ਨਾ ਹੀ ਕੁਝ ਘਟਾਇਆ ਗਿਆ ਹੈ, ਸਗੋਂ ਕਿ ਵਾਧਾ ਹੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਸਕੂਲ CBSE ਨਾਲ ਜੁੜੇ ਹੋਏ ਨੇ ਅਤੇ ਅਕਾਲੀ ਦਲ ਦੂਜੇ ਪਾਸੇ ਪੰਜਾਬ ਅਤੇ ਸਿੱਖ ਇਤਿਹਾਸ ਦੀ ਦੁਹਾਈ ਪਾ ਰਿਹਾ ਹੈ। ਨਰਮਾ ਪੱਟੀ ਦੇ ਬੀਜ ਡੀਲਰ ਖੇਤੀ ਮਹਿਕਮੇ ਦੇ ਛਾਪੇ ਤੋਂ ਬਾਅਦ ਡਰੇ ਹੋਏ ਨਜ਼ਰ ਆ ਰਹੇ ਨੇ ਅਤੇ ਆਪਣੇ ਰਿਕਾਰਡ ਸਹੀ ਕਰਨ ਵਿੱਚ ਲੱਗ ਗਏ ਨੇ। ਰਾਮਾ ਮੰਡੀ ਦੀ ਪੁਲਿਸ ਨੇ 20 ਸਕੈਂਡਲ ਦੇ ਸੰਬੰਧ ਵਿੱਚ ਬਾਲਾਜੀ ਸੀਡ ਸਟੋਰ ਦੇ ਵਿਕਾਸ ਕੁਮਾਰ ਅਤੇ ਬਾਣਾਵਾਲੀ ਦੇ ਨਾਇਬ ਸਿੰਘ ਖਿਲਾਫ਼ ਧਾਰਾ 420, 465 ਅਤੇ ਸੀਡ ਐਕਟ ਦੀ ਧਾਰਾ 66 ਅਧੀਨ ਕੇਸ ਦਰਜ ਕੀਤਾ ਹੈ। ਪੁਲਿਸ ਕੇਸ ਮਗਰੋਂ ਡੀਲਰ ਫਰਾਰ ਹੋ ਗਏ ਨੇ ਅਤੇ ਫਰਮਾਂ ਦਾ ਨਕਲੀ ਬੀਜ ਪੁਲਿਸ ਨੇ ਕਬਜ਼ੇ ਵਿੱਚ ਕਰ ਲਿਆ ਹੈ। ਖੇਤੀ ਮਹਿਕਮੇ ਦੀ ਟੀਮ ਨੇ ਮਾਨਸਾ ਜ਼ਿਲ੍ਹੇ ਵਿੱਚ ਸੁਪਰ ਸੀਡ ਕੰਪਨੀ ਦੇ ਵੀ ਸ਼ੱਕੀ ਬੀਜ ਫੜੇ ਸਨ। ਇਸ ਕੰਪਨੀ ਦੇ ਬੀਜ ਪੈਕਟਾਂ ਉੱਤੇ ਕੰਪਨੀ ਦਾ ਨਾਮ ਛੱਪਣ ਦੀ ਥਾਂ JK ਕੰਪਨੀ ਦਾ ਠੱਪਾ ਲੱਗਾ ਹੋਇਆ ਸੀ। ਵੇਰਵਿਆਂ ਅਨੁਸਾਰ ਕੰਪਨੀ ਨੇ ਖੇਤੀ ਮਹਿਕਮੇ ਦੇ ਡਾਇਰੈਕਟਰ ਨੂੰ ਪੱਤਰ ਲਿਖ ਕੇ ਆਖਿਆ ਕਿ ਉਹ ਪੰਜਾਬ ਵਿੱਚ ਆਪਣੇ BT ਸੀਡ ਦਾ ਕਾਰੋਬਾਰ ਨਹੀਂ ਕਰਨਾ ਚਾਹੁੰਦੇ। ਗਿੱਦੜਬਾਹ, ਅੰਬੋਹਰ, ਫਾਜ਼ਿਲਕਾ, ਮਾਨਸਾ ਅਤੇ ਬਠਿੰਡਾ ਵਿੱਚ ਡੀਲਰ ਕਾਫ਼ੀ ਡਰੇ ਹੋਏ ਨੇ, ਜਿਨ੍ਹਾਂ ਦੇ 2 ਨੰਬਰ ਦਾ ਬੀਜ ਇੱਧਰ ਉੱਧਰ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਹਾਲ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ OP ਸੋਨੀ ਨੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਪ੍ਰੋਜੈਕਟ ਦੀ ਟੀਮ ਦੇ ਨਾਲ ਨਾਲ ਸਟੇਟ, ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਸਿੱਖਿਆ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਸਭ ਤੋਂ ਅਹਿਮ ਵਿਭਾਗ ਹੈ ਕਿਉਂਕਿ ਇਸ ਨਾਲ ਸੂਬੇ ਦਾ ਭਵਿੱਖ ਜੁੜਿਆ ਹੋਇਆ ਹੈ। ਉਹਨਾਂ ਯੂਨੀਅਨ ਆਗੂਆਂ, ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਪਿਛਲਾ ਸਾਰਾ ਕੁਝ ਭੁੱਲ ਕੇ ਅੱਗੇ ਵਧਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਸਾਰੇ ਅਨੁਸ਼ਾਸਨ, ਇਮਾਨਦਾਰੀ ਅਤੇ ਮਿਹਨਤ ਨਾਲ ਆਪਣਾ ਕੰਮ ਕਰਨ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੱਡੇ ਵੱਡੇ ਮੁਕਾਬਲਿਆਂ ਵਿੱਚ ਅੱਗੇ ਆਉਣ। ਉਹਨਾਂ ਯੂਨੀਅਨ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਧਰਨਿਆਂ ਵਿੱਚ ਸਮਾਂ ਖਰਾਬ ਕਰਨ ਦੀ ਥਾਂ ਆਪਣੇ ਕੰਮਾਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਾਵੇ। ਜੇਕਰ ਮਸਲਾ ਹੱਲ ਨਹੀਂ ਹੁੰਦਾ ਤਾਂ ਬਿਨਾਂ ਕਿਸੇ ਆਗੂ ਜਾਂ ਸਿਫਾਰਸ਼ ਤੋਂ ਉਹਨਾਂ ਨਾਲ ਮੁਲਾਕਾਤ ਕੀਤੀ ਜਾ ਸਕਦੀ ਹੈ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਕਿਸਾਨੀ ਨੂੰ ਬਚਾਉਣ ਦੇ ਕੀਤੇ ਵਾਅਦੇ ਮੁਤਾਬਕ ਅੱਜ ਮਾਨਸਾ ਦੇ 6,000 ਕਿਸਾਨਾਂ ਦਾ 22 ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਗਿਆ। ਵਿੱਤ ਮੰਤਰੀ ਨੇ ਮਾਨਸਾ ਵਿਖੇ ਕਰਜ਼ਾ ਰਾਹਤ ਸਕੀਮ ਸੰਬੰਧੀ ਕਰਵਾਏ ਸਮਾਗਮ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ 10 ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਪ੍ਰਮਾਣ ਪੱਤਰ ਦਿੱਤੇ ਨੇ। ਕਰਜ਼ਾ ਮੁਆਫ਼ੀ ਦੇ ਇਸ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਮਾਨਸਾ ਜ਼ਿਲ੍ਹੇ ਵਿਚਾਲੇ 3 ਵਿਧਾਇਕਾਂ ਨੂੰ ਪ੍ਰਸ਼ਾਸਨ ਵੱਲੋਂ ਕੋਈ ਸੱਦਾ ਪੱਤਰ ਨਹੀਂ ਭੇਜਿਆ ਗਿਆ। ਵਿੱਤ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਜ਼ਾ ਰਾਹਤ ਸਕੀਮ ਤਹਿਤ 4,000 ਕਰੋੜ ਰੁਪਏ
ਕੋਆਪਰੇਟਿਵ ਬੈਂਕਾਂ ਦੇ ਅਧਾਰਿਆਂ ਦਾ ਕਰਜ਼ਾ ਮੁਆਫ ਅਤੇ 6,000 ਕਰੋੜ ਰੁਪਏ ਨੈਸ਼ਨਲਾਈਜ਼ ਬੈਂਕਾਂ ਜਾਂ ਪ੍ਰਾਈਵੇਟ ਬੈਂਕਾਂ ਦਾ ਜੋ ਕਰਜ਼ਾ ਕਿਸਾਨਾਂ ਸਿਰ ਹੈ ਉਹ ਮੁਆਫ ਕੀਤਾ ਜਾਵੇਗਾ। ਇਹ ਸਾਰੀ ਪ੍ਰਕਿਰਿਆ ਸਤੰਬਰ 2018 ਤੱਕ ਮੁਕੰਮਲ ਕਰ ਲਈ ਜਾਵੇਗੀ। ਦਿਆਲ ਸਿੰਘ ਕਾਲਜ ਦਾ ਨਾਂ ਵੰਦੇ ਮਾਤਰਮ ਦਿਆਲ ਸਿੰਘ ਰੱਖੇ ਜਾਣ ਤੋਂ ਬਾਅਦ ਛਿੜੇ ਵਿਵਾਦ ਦੌਰਾਨ ਸੰਸਥਾ ਦੇ ਚੇਅਰਮੈਨ ਅਮਿਤਾਭ ਸਿਨਹਾ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਖੁਦ ਮੁਖਤਿਆਰ ਸੰਸਥਾ ਅਤੇ ਸਰਕਾਰ ਅਤੇ ਕੋਈ ਅਦਾਲਤ ਉਸਦੇ ਮਾਮਲਿਆਂ ਵਿੱਚ ਦਖਲ ਨਹੀਂ ਦੇ ਸਕਦੀ। ਉਹਨਾਂ ਸਿੱਧੇ ਤੌਰ ਉੱਤੇ ਮਨੁੱਖੀ ਵਸੀਲਾ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਆਡਾ ਲੈ ਲਿਆ ਹੈ ਅਤੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਵੀ ਵੰਗਾ ਰਿਹਾ ਹੈ। ਜਾਵੜੇਕਰ ਨੇ ਕਿਹਾ ਸੀ ਕਿ ਸਰਕਾਰ ਦਿਆਲ ਸਿੰਘ ਕਾਲਜ ਦਾ ਨਾਂ ਬਦਲੇ ਜਾਣ ਦੀ ਇਜਾਜ਼ਤ ਨਹੀਂ ਦੇਵੇਗੀ ਅਤੇ ਮੰਤਰਾਲੇ ਦੀ ਸਹਿਮਤੀ ਤੋਂ ਬਿਨਾਂ ਕਾਲਜ ਦਾ ਨਾਂ ਬਦਲੇ ਜਾਣ ਕਰਕੇ ਉਹ ਪ੍ਰਬੰਧਕ ਕਮੇਟੀ ਖਿਲਾਫ਼ ਕਾਰਵਾਈ ਕਰਨਗੇ। ਚੇਅਰਮੈਨ ਨੇ ਕਿਹਾ ਕਿ ਕਾਲਜ ਦਾ ਨਾਂ ਬਦਲ ਕੇ ਪ੍ਰਸ਼ਾਸਨ ਨੇ ਕੁਝ ਵੀ ਗਲਤ ਜਾਂ ਕਾਨੂੰਨ ਦੇ ਦਾਇਰੇ ਤੋਂ ਬਾਹਰ ਕੁਝ ਵੀ ਨਹੀਂ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ ਖਾਸ ਖ਼ਬਰਾਂ ਅਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ 'ਤੇ। ਇਤਿਹਾਸ ਦੀ ਕਿਤਾਬ ਵਿਚਲੀਆਂ ਗਲਤੀਆਂ ਲਈ ਪੰਜਾਬ ਸਰਕਾਰ ਨੇ ਮੰਗੀ ਮੁਆਫ਼ੀ। ਪੁਲਿਸ ਕੇਸ ਮਗਰੋਂ 20 ਸਕੈਂਡਲ ਵਿੱਚ ਸ਼ਾਮਲ ਡੀਲਰ ਹੋਏ ਫਰਾਰ, ਅਚਨਚੇਤ ਛਾਪੇਮਾਰੀ ਰਹੇਗੀ ਜਾਰੀ। ਪੰਜਾਬ ਸਿੱਖਿਆ ਮੰਤਰੀ ਨੇ ਕਿਹਾ ਸਿੱਖਿਆ ਵਿਭਾਗ ਵਿੱਚ ਕੇਵਲ ਸਿੱਧੇ ਢੰਗ ਨਾਲ ਹੋਣਗੀਆਂ ਬਦਲੀਆਂ। ਕਰਜ਼ਾ ਰਾਹਤ ਸਕੀਮ ਦੇ ਦੂਜੇ ਪੜਾਅ ਤਹਿਤ 6,000 ਕਿਸਾਨਾਂ ਦਾ 22 ਕਰੋੜ ਦਾ ਕਰਜ਼ਾ ਕੀਤਾ ਗਿਆ ਮੁਆਫ਼। ਦਿਆਲ ਸਿੰਘ ਕਾਲਜ ਦੇ ਚੇਅਰਮੈਨ ਨੇ ਕਿਹਾ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਦੇ ਮਾਮਲੇ ਵਿੱਚ ਦਖਲ ਨਹੀਂ ਦੇ ਸਕਦੀ ਸਰਕਾਰ ਅਤੇ ਅਦਾਲਤ। ਕੇਂਦਰ ਸਰਕਾਰ ਨੇ ਪੰਜਾਬ ਦੀਆਂ 7 ਜੇਲ੍ਹਾਂ ਦੀ ਰਾਖੀ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਨੂੰ ਸੌਂਪੀ। CISF ਦੀ ਤਾਇਨਾਤੀ ਦਾ ਖਰਚਾ ਪੰਜਾਬ ਸਰਕਾਰ ਨੂੰ ਪਵੇਗਾ ਚੁੱਕਣਾ। ਸ਼ਾਹਕੋਟ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਹਰਦੇਵ ਸਿੰਘ ਲਾਡੀ ਨੂੰ ਐਲਾਨਿਆ ਆਪਣਾ ਉਮੀਦਵਾਰ। ਦਿੱਲੀ ਹਾਈਕੋਰਟ ਅਦਾਲਤ ਨੇ ਸਿੱਖ ਵਿਦਿਆਰਥੀਆਂ ਨੂੰ NEET ਦੀ ਪ੍ਰੀਖਿਆ ਵਿੱਚ ਕਕਾਰ ਪਾ ਕੇ ਜਾਣ ਦੀ ਦਿੱਤੀ ਮਨਜ਼ੂਰੀ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੱਖਾ ਸਿਧਾਣਾ ਨੂੰ ਕੀਤਾ ਚੈਲੰਜ, ਕਿਹਾ ਲੱਖਾ ਸਿਧਾਣਾ ਮੇਰੇ ਕੋਲ ਆ ਕੇ ਉਹਨਾਂ ਅਫਸਰਾਂ ਦੇ ਨਾਂ ਦੱਸੇ ਜੋ ਜੇਲ੍ਹ ਵਿੱਚ ਕਰ ਰਹੇ ਨੇ ਨਸ਼ੇ ਦਾ ਵਪਾਰ। UP ਅਤੇ ਰਾਜਸਥਾਨ ਵਿੱਚ ਆਏ ਝੱਖੜ ਦੌਰਾਨ 109 ਲੋਕਾਂ ਦੀ ਹੋਈ ਮੌਤ, 200 ਤੋਂ ਵੱਧ ਹੋਏ ਜ਼ਖਮੀ। ਮੌਸਮ ਵਿਭਾਗ ਨੇ 48 ਘੰਟੇ ਤੱਕ ਇਸੇ ਤਰ੍ਹਾਂ ਝੱਖੜ ਆਉਣ ਦੀ ਦਿੱਤੀ ਚੇਤਾਵਨੀ। ਅੱਜ ਦੇ ਪੰਜਾਬੀ ਬੁਲੇਟਿਨ ਵਿੱਚ ਇੰਨਾ ਹੀ। ਤੁਸੀਂ ਦੇਖਦੇ ਰਹੋ ਸਿੱਖ TV ਅਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ।